ਰਣਜੀਤ ਸਿੰਘ ਸਰਪੰਚ ਪਿੰਡ ਸਿਆਲ ਤਹਿਸੀਲ ਦੇ ਜ਼ਿਲ੍ਹਾ ਕਪੂਰਥਲਾ। ਸਰਪੰਚ ਸਾਹਿਬ ਜਿਵੇਂ ਕਿ ਬੇਰੁਜ਼ਗਾਰੀ ਬਹੁਤ ਜ਼ਿਆਦਾ ਵੱਧ ਗਈ ਆ, ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰਕਾਰ ਨੂੰ? ਸਰਕਾਰ ਨੂੰ ਮੈਸੇਜ ਇਹ ਦੇਣਾ ਚਾਹੁੰਦੇ ਵੀ ਬੱਚੇ ਜਿਹੜੇ ਪੜ੍ਹੇ ਲਿਖੇ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ। ਨਸ਼ੇ ਪ੍ਰਤੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਫਰਕ ਨਸ਼ੇ ਦਾ ਪਿਆ, ਸਰਕਾਰ ਨੇ ਬੜੀ ਵੱਡੀ ਮੁਹਿੰਮ ਚਲਾਈ ਹੈ। ਬਹੁਤ ਸਹੀ ਚੱਲੀ ਵੈਸੇ, ਅਤੇ ਨਸ਼ੇ ਜਿਹੜੇ ਪਿੰਡਾਂ ਦੇ ਵਿੱਚੋਂ ਬਹੁਤ ਜਿਹੜੇ ਹੈਗੇ ਨਸ਼ੇ ਵਾਲੇ ਲੋਕ ਉੱਥੇ ਆਉਂਦੇ ਆ, ਦਵਾ ਖਾ ਕੇ ਆਉਂਦੇ ਆ। ਸਾਡੇ ਪਿੰਡ ਵੀ ਇੱਕ ਦੋ ਬੰਦੇ ਹੈਗੇ ਆ, ਉਹ ਮਤਲਬ ਹੁਣ ਨਸ਼ੇ ਛੱਡ ਗਏ। ਜਿਹੜੇ ਨਹੀਂ ਛੱਡ ਸਕਦੇ ਉਹ ਅਸਲ ਜਿਹੜੇ ਦਿਲੋਂ ਨਹੀਂ ਚਾਹੁੰਦੇ ਹੈਗੇ, ਨਹੀਂ ਤਾਂ ਸਰਕਾਰ ਨੇ ਤਾਂ ਬਹੁਤ ਹਿੰਮਤ ਕੀਤੀ ਆ। ਅਤੇ ਹੁਣ ਜਿਹੜਾ ਇੱਕ ਦੋ ਬੰਦੇ ਮੈਂ ਦੇਖੇ ਹੈਗੇ ਆ ਜਿਹੜੇ ਸਿਰਫ ਹੁਣ ਜਿਹੜੇ ਗੋਲੀਆਂ ਉੱਥੇ ਮਿਲਦੀਆਂ ਉਹਦੇ ਉੱਤੇ ਚੱਲ ਰਿਹਾ, ਬਾਕੀ ਇੱਧਰ ਕੋਈ ਨਸ਼ਾ ਨਹੀਂ ਬੰਦ ਹੋਣਾ ਹੈ। ਅਤੇ ਸਰਕਾਰ ਨੇ ਮੈਂ ਬਹੁਤ ਅੱਛਾ ਕੰਮ ਚਲਾਇਆ ਹੈ। ਸਰਪੰਚ ਸਾਹਿਬ, ਜਿਵੇਂ ਕਿ ਆਟਾ ਦਾਲ ਸਕੀਮ ਪਹਿਲੇ ਚੱਲੀ ਸੀ, ਉਹ ਤੋਂ ਬਾਅਦ ਹੁਣ ਕਣਕ ਵਾਲੇ ਪਿੰਡਾਂ 'ਚ ਆ ਰਹੀ ਆ, ਅਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਆਟਾ ਦਾਲ ਸਕੀਮ ਨਾਲੋਂ ਇਹਨਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ, ਨੌਕਰੀਆਂ, ਕਿਉਂ ਜਿਹੜਾ ਆਟਾ ਦਾਣਾ ਜਾਂ ਦਾਣੇ ਮਿਲਦੇ ਹੈਗੇ ਆ, ਇਹਦਾ ਲੋਕ ਜਿਹੜੇ ਉਹ ਵਿਹਲੜ ਵਿੱਚ ਰਹੇ ਬਹੁਤ ਜ਼ਿਆਦਾ। ਸੋ ਸਰਕਾਰ ਨੂੰ ਚਾਹੀਦਾ ਵੀ ਇਹ ਕੰਮ ਦੇਵੇ ਅਤੇ ਵਿਸ਼ਾ ਕਣਕ ਨਾ ਦੇਵੇ। ਬਿਜਲੀ ਬਾਰੇ ਕੀ ਕਹਿਣਾ ਚਾਹੁੰਦੇ? ਬਿਜਲੀ ਜਿਹੜੀ ਆ ਜ਼ਿਮੀਂਦਾਰਾਂ ਨੂੰ ਫ੍ਰੀ ਕੀਤੀ ਆ, ਅਤੇ ਆਮ ਜਿਹੜੇ ਮਾਤੜ ਲੋਕ ਆ ਉਹਨਾਂ ਨੂੰ ਬਿਜਲੀ ਸਰਕਾਰ ਨੇ ਫ੍ਰੀ ਕੀਤੀ ਹੋਈ, ਕੀ ਕਹਿਣਾ ਚਾਹੁੰਦੇ ਸੀ? ਬਿਜਲੀ ਬਾਰੇ ਮੈਂ ਕਹਿਣਾ ਚਾਹੁੰਦਾ ਵੀ ਬਿੱਲ ਇਹਨਾਂ ਨੂੰ ਲਾਉਣਾ ਚਾਹੀਦਾ, ਬਿਜਲੀ ਦਾ ਕਿਸਾਨਾਂ ਨੂੰ ਬੇਸ਼ੱਕ ਹਿਸਾਬ ਨਾਲ ਥੋੜ੍ਹਾ ਲੱਗਦਾ, ਤੋ ਫਿਰ ਕਿਸੇ ਦੇ ਉੱਤੇ ਵੀ ਜ਼ਿਆਦਾ ਬੋਝ ਨਹੀਂ ਪਾਓ। ਹੁਣ ਘਰਾਂ ਦੇ ਜਿਹੜੇ ਬਿਜਲੀ ਦੇ ਬਿੱਲ ਆ 8-10 ਹਜ਼ਾਰ ਤੋਂ ਘੱਟ ਕਿਸੇ ਦਾ ਨਹੀਂ ਆ ਰਿਹਾ ਥੋੜ੍ਹੇ ਗਰਮੀਆਂ, ਤੋ ਇਸ ਕਰਕੇ ਸਾਰਿਆਂ ਦੇ ਉੱਤੇ ਥੋੜ੍ਹਾ ਥੋੜ੍ਹਾ ਪਾਉਣਾ ਚਾਹੀਦਾ ਹੈਗਾ, ਬਿੱਲ ਜ਼ਰੂਰ ਲਾਉਣੇ ਚਾਹੀਦੇ ਬਿਜਲੀ ਦੇ ਕਿਸਾਨਾਂ ਨੂੰ। ਪੈਨਸ਼ਨ ਬਾਰੇ ਕੀ ਕਹਿਣਾ ਚਾਹੁੰਦੇ? ਜਿਵੇਂ ਕਿ ਵਿਧਵਾ ਪੈਨਸ਼ਨ, ਆਮ ਪੈਨਸ਼ਨ, ਬੁਢੇਪਾ ਪੈਨਸ਼ਨ, ਇਹ ਪੈਨਸ਼ਨ ਜਿਹੜੀ ਆ ਘੱਟ ਤੋਂ ਘੱਟ 2500 ਤੋਂ 3000 ਤੱਕ ਚਾਹੀਦੀ ਆ। ਬੁਢਾਪਾ ਪੈਨਸ਼ਨ, ਅੰਗਹੀਣ ਪੈਨਸ਼ਨ ਅਤੇ ਵਿਧਵਾ ਪੈਨਸ਼ਨ। ਆਮ ਜਿਹੜੇ ਪੜ੍ਹੇ ਲਿਖੇ ਮੁੰਡੇ 10 ਤੋਂ ਉੱਪਰ ਵਾਲੇ, ਕੋਈ 10 ਪਾਸ ਹੈ, ਕੋਈ 12 ਪਾਸ ਹੈ, ਕੋਈ BA ਆ, ਕੋਈ MA ਆ, ਇਹ ਵਿਹਲੇ ਫਿਰ ਪਰ ਕੀ ਸਰਕਾਰ ਕਰਨਾ ਚਾਹੁੰਦੇ? ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਵੀ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਅਤੇ ਗਾਂਹ ਦੀ ਜਿਹੜੀ ਜਨਰੇਸ਼ਨ ਉਹ ਸਹੀ ਰਸਤੇ ਤੇ ਚੱਲੇ। ਜਿਵੇਂ ਕਿ ਆਮ ਲੋਕਾਂ ਦੀ ਮੰਗ ਹੈ, ਉਹ ਕਹਿੰਦੇ ਵੀ ਐਜੂਕੇਸ਼ਨ ਅਤੇ ਜਿਹੜਾ ਹੈਗਾ ਮੈਡੀਕਲ ਮੈਡੀਸਨ ਦਵਾਈਆਂ ਹਸਪਤਾਲਾਂ ਵਿੱਚ ਫ੍ਰੀ ਮਿਲਣੀਆਂ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਫ੍ਰੀ ਮਿਲਣੀਆਂ ਬਿਲਕੁਲ ਸਹੀ ਗੱਲ ਹੈ, ਚਾਹੀਦੀਆਂ ਵੀ ਹੁੰਦਾ, ਗਰੀਬ ਆਦਮੀ ਨਹੀਂ ਦਵਾ ਰਹੇ, ਇੰਨੀ ਮਹਿੰਗੀ ਮੁੱਲ ਹੈ ਸਰ, ਗੌਰਮੈਂਟ ਨੂੰ ਉਹਨਾਂ ਨੂੰ ਬਿਲਕੁਲ ਫ੍ਰੀ ਦਵਾਈ ਦੇਣੀ ਚਾਹੀਦੀ ਹੈ।